आवाज उठाई सी ते जदों साडे आदर्श आवाज उठाई सी ते जदों साडे आदर्श उह आ साडा अकीदा उह आ फिर असीं किवें पिछे रह जांगे ते जिथे 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 और सानू सिखाया की गया मजलूमां दी रखिया ते जरवाणे दी भखिया दसवें पातशाह ने सानू यही गल सिखाई आ सो जिन्ना क आपां पहरा दे सकदे आ उहनां गल्लां ते हौसला उहने देणा ते आपदे अंदर जिहड़े साडे इरादे आ एक गल मैं थोनू दसा पहली गल तुसी सारे जेडे यू गाइज वर देयर टू सपोर्ट मी यू नो सारे ने मेनू सपोर्ट किया थैंक यू सो मच फॉर बीइंग देयर एंड सरसा साहब ने खास करके जिवें पैरवाई कीती आ ते एक लड़ाई लड़ी है बाहर ते कानून ने ना एक फेयर ट्रायल दिता देखो ये गल मननी पऊगी है ना कानून ने फेयर ट्रायल जरूर दिता जे आपां सेशन्स कोर्ट दी गल करिए तां ऑर्डर बड़ा सोहना पास किया उन्होंने जमा एक एक चीज क्लीयर की जिवें मेरे ते इल्जाम लाए गए सी उन्होंने एक फाइंडिंग नू क्लीयर किया भी ना इन्हें इंस्टिगेट किया ना इन्हें किसी नू प्रवोक किया ना ये वॉयलेंस च सीगा होर बड़ियां गल्लां उन्होंने कही ਉਵੇਂ ਅੱਜ ਦਾ ਜਿਹੜਾ ਆਰਡਰ ਆ ਸੋ ਆਈ ਵੁੱਡ ਆਲਵੇਜ਼ ਆਈ ਮੀਨ ਆਈ ਡੈਫੀਨਿਟਲੀ ਵੁੱਡ ਬੀ ਥੈਂਕਫੁਲ ਟੂ ਦਾ ਲਾਅ ਆਫ ਦਾ ਲੈਂਡ ਦੇਖੋ ਕਾਨੂੰਨ ਨੇ ਤਾਂ ਫੇਅਰ ਟ੍ਰਾਇਲ ਦਿੱਤਾ ਪਰ ਸਰਕਾਰਾਂ ਜਿਵੇਂ ਚੱਲਦੀਆਂ ਜਾਂ ਇਹ ਕਹਿ ਲਓ ਕੋਈ ਪੋਲੀਟੀਕਲ ਵੈਂਡੇਟਾ ਹੋਵੇ ਕਿਤੇ ਉਹਦੇ ਬਾਰੇ ਹਜੇ ਮੈਂ ਕੁਛ ਕਹਿ ਨਹੀਂ ਸਕਦਾ ਇਹ ਤੁਹਾਨੂੰ ਜ਼ਿਆਦਾ ਹੀ ਪਤਾ ਤੁਹਾਨੂੰ ਹੁਣ ਸਭ ਕੁਛ ਤੁਹਾਡੇ ਸਾਹਮਣੇ ਆ ਹਾਂਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਜਿੱਦਾਂ ਦਾ ਮੈਂ ਅੰਦਰ ਗਿਆ ਪਤਾ ਨਹੀਂ ਬਾਬੇ ਨਾਨਕ ਦੀ ਦਸਵੇਂ ਪਾਤਸ਼ਾਹ ਦੀ ਕੀ ਮਿਹਰ ਆ ਤੇ ਕਿਸੇ ਨੇ ਓਏ ਤੱਕ ਨਹੀਂ ਕਿਹਾ ਮੈਂ ਝੂਠ ਨਹੀਂ ਬੋਲ ਸਕਦਾ ਕਦੇ ਹਨਾ ਇਹ ਜ਼ਰੂਰ ਆ ਵੀ ਉਹਨਾਂ ਨੇ ਆਪਦਾ ਜੋ ਕਰਨਾ ਸੀ ਉਹਨਾਂ ਕੰਮ ਕੀਤਾ ਸ਼ੁਰੂ ਚ ਕਈ ਵਾਰੀ ਤੁਹਾਨੂੰ ਸੌਣ ਨਹੀਂ ਦਿੰਦੇ ਤੁਹਾਨੂੰ ਕੁਐਸਚਨ ਕਰਦੇ ਆ ਹਨਾ ਤੁਹਾਨੂੰ ਕੁਛ ਖਾਣ ਨੂੰ ਨਹੀਂ ਦਿੰਦੇ ਪਰ ਕਿਸੇ ਨੇ ਕੋਈ ਬਦਤਮੀਜ਼ੀ ਨਹੀਂ ਕਿਸੇ ਨੇ ਕਿਸੇ ਤਰ੍ਹਾਂ ਦਾ ਮੇਰੇ ਨਾਲ ਮਾੜਾ ਵਤੀਰਾ ਨਹੀਂ ਇਹ ਪਤਾ ਨਹੀਂ ਕਿਉਂ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਮੋਰਚੇ ਚ ਸੀ ਨਾ ਵੀ ਸ਼ਹੀਦਾਂ ਸਿੰਘਾਂ ਦਾ ਪਹਿਰਾ ਮੈਂ ਤਾਂ ਪ੍ਰਤੱਖ ਕੀਤੀ ਆ ਉਹ ਗੱਲ ਸ਼ਹੀਦਾਂ ਸਿੰਘਾਂ ਦਾ ਪਹਿਰਾ ਰਿਹਾ ਮੈਂ ਤਾਂ ਇੱਕ ਸੋਲਜਰ ਹਾਂ ਜੀ ਹਨਾ ਇੱਕ ਸੇਵਾਦਾਰ ਹਾਂ ਤੇ ਉਵੇਂ ਹੀ ਆਪਾਂ ਕੰਮ ਕਰਦੇ ਰਹਾਂਗੇ ਜਿਵੇਂ ਪਹਿਲਾਂ ਸੀ ਤੇ ਤੁਸੀਂ ਉਹ ਵੇਖ ਵੀ ਲਓਗੇ ਸੋ ਮੋਰਚੇ ਦੇਖੋ ਮੋਰਚੇ ਅਸੀਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਹਾਂ ਮੇਰੀ ਪੂਰੀ ਸਪੋਰਟ ਤੇ ਸੋਲੀਡੈਰਿਟੀ ਸਾਡੇ ਜਿਹੜੇ ਫਾਰਮਰਸ ਆ ਸਾਡੇ ਕਿਸਾਨ ਆ ਉਹਨਾਂ ਦੇ ਨਾਲ ਹੈਗੀ ਆ ਹਨਾ ਮੈਂ ਉਹਨਾਂ ਦਾ ਸੋਲਜਰ ਆ ਜਦੋਂ ਮੈਨੂੰ ਜਿੱਥੇ ਮਰਜ਼ੀ ਹੁਕਮ ਲਾਉਣ ਮੈਂ ਨਾਲ ਖੜਾ ਲੇਕਿਨ ਕੋਈ ਤੰਬੂ ਹੈ ਬਾਈ ਹਾਂਜੀ ਅਸੀਂ ਦੇਖ ਰਹੇ ਹਾਂ ਕਿ ਦੁਬਾਰਾ ਬਿਲਡ ਹੋ ਰਿਹਾ ਜਿਹੜਾ ਹਨੇਰੀ ਆਈ ਉਹ ਗਿਰ ਗਿਆ ਸੀ ਕੀ ਦੀਪ ਸਿੱਧੂ ਹੁਣ ਉਹ ਤੰਬੂ ਦੇ ਵਿੱਚ ਦੁਬਾਰਾ ਨਜ਼ਰ ਆਵੇਗਾ ਹਾਂਜੀ ਉਹ ਦੇਖੋ ਇਹੋ ਜਿਹੀਆਂ ਹਨੇਰੀਆਂ ਨੂਰੀਆਂ ਹਵਾਵਾਂ ਵਗਦੀਆਂ ਰਹਿੰਦੀਆਂ ਪਰ ਆਪਾਂ ਵਿੱਚ ਖੜੇ ਰਹਿਣਾ ਪੈਂਦਾ ਉਹਨਾਂ ਦੇ ਵਿੱਚ ਤੇ ਵਾਕਈ ਹਾਂਜੀ ਦੇਖੋ ਆਪਾਂ ਹੁਣ ਜਿਹੜੀ ਅੱਗੇ ਵਾਲੀ ਗੱਲ ਆ ਨਾ ਵੀਲ ਟਾਕ ਔਨ ਅ ਸੈਪਰੇਟ ਡੇ ਔਨ ਅ ਸੈਪਰੇਟ ਪਲੈਟਫਾਰਮ ਬਿਕਾਜ਼ ਹਜੇ ਤਾਂ ਮੈਂ ਬਾਹਰ ਆਇਆ ਮੈਨੂੰ ਹਜੇ ਸਮਝ ਹੀ ਨਹੀਂ ਆ ਰਹੀ ਲਿਟਰਲੀ ਆਈ ਡੋਨਟ ਨੋ ਇਟ ਫੀਲਸ ਲਾਈਕ ਅ ਡਿਫਰੈਂਟ ਵਰਲਡ ਆਲ ਟੁਗੇਦਰ ਹਨਾ ਤਾਂ ਅੱਜ ਤਾਂ ਸਭ ਦਾ ਜ਼ਰੂਰ ਦੱਸੋ ਤੁਸੀਂ ਆਰਗੂਮੈਂਟ ਕੀਤਾ ਸੀਗਾ ਕਿ ਉਹਨਾਂ ਦੀ ਵੀਡੀਓਜ਼ ਵੀ ਖੰਗਾਲਣੀਆਂ ਚਾਹੀਦੀਆਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਲਾਲ ਕਿਲੇ ਤੇ ਜਾਣਾ ਚਾਹੀਦਾ ਹੈਗਾ ਕਿ ਜੱਜ ਨੇ ਉਸ ਚੀਜ਼ ਨੂੰ ਕੰਸੀਡਰ ਕੀਤਾ ਨਹੀਂ ਦੇਖੋ ਮੈਂ ਇੱਕ ਗੱਲ ਇਹ ਕਰਦਾ ਇਹਨਾਂ ਗੱਲਾਂ 'ਚ ਆਪਾਂ ਹੁਣ ਨਹੀਂ ਪੈਣਾ ਆਪਾਂ ਅੱਗੇ ਵਧਣਾ ਸਾਡੀ ਬੇਨਤੀ ਕਰਨਾ ਚਾਹੁੰਦਾ ਦੇਖੋ ਇੱਕ ਮਿੰਟ ਬੇਨਤੀ ਸੁਣੋ ਪਹਿਲੀ ਗੱਲ ਇਹ ਆ ਦੇਖੋ ਇਹ ਸਾਰੀ ਜਿਹੜੀ ਲੜਾਈ ਆ ਨਾ ਇਹ ਕਿਸਾਨਾਂ ਦੀ ਲੜਾਈ ਆ ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਆ ਬਿਲਕੁਲ ਜੀ ਕਈ ਵਾਰ ਕੋਈ ਇਨਸਾਨ ਕਿਸਾਨ ਜਥੇਬੰਦੀ ਵੀ ਕੋਈ ਬੋਲ ਵੀ ਜਾਂਦਾ ਗੱਲ ਲੇਕਿਨ ਅੱਜ ਅਸੀਂ ਉਹਦੇ ਨੂੰ ਚਿਤਾਰ ਕੇ ਉਹਦਾ ਡਿਸਕਸ਼ਨ ਚ ਲਿਆ ਕੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੰਟੈਂਸ਼ਨਲੀ ਕੋਈ ਗੱਲ ਕਹੀ ਹੋ ਸਕਦੀ ਕਈ ਵਾਰ ਬੰਦੇ ਨੇ ਸਹਿ ਸੁਭਾਵਿਕ ਗੱਲਾਂ ਲੜਾਈ ਇੱਕ ਆ ਉਹ ਜ਼ਬਰ ਔਰ ਜ਼ੁਲਮ ਦੇ ਖਿਲਾਫ ਆ ਲੜਾਈ ਕਿਸਾਨੀ ਦੀ ਆ ਔਰ ਕਿਸਾਨੀ ਦੀ ਲੜਾਈ ਅੰਦਰ ਅਗਰ ਮੰਨ ਲਓ ਕੋਈ ਵੱਧ ਵੀ ਬੋਲ ਗਿਆ ਘੱਟ ਬੋਲ ਗਿਆ ਸਾਨੂੰ ਉਹਨਾਂ ਗੱਲਾਂ ਵੱਲ ਨਹੀਂ ਦੇਖਣਾ ਸਿਰਫ ਇੱਕ ਚੀਜ਼ ਵੱਲ ਦੇਖਣਾ ਨਿਸ਼ਾਨਾ ਕੀ ਆ ਨਿਸ਼ਾਨਾ ਚਿੜੀ ਦੀ ਆਖਿਆ ਤੇ ਉਹ ਲੜਾਈ ਲੜਨੀ ਆ ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ ਇਹੋ ਜਿਹੀ ਕੋਈ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਨਾ ਆਪਸੀ ਅੰਦਰ ਕੋਈ ਨੁਕਸਾਨ ਹੋਵੇ ਇੱਕ ਗੱਲ ਦੂਜੀ ਇੱਕ ਮੈਂ ਬੇਨਤੀ ਹੋਰ ਕਰਦਾ ਨਹੀਂ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇੱਕ ਫੈਜ਼ ਸਾਹਿਬ ਨੇ ਗੱਲ ਲਿਖੀ ਸੀ ਤੇਰੇ ਗਮ ਕੋ ਜਾਂ ਕੀ ਤਲਾਸ਼ ਥੀ ਤੇਰੇ ਜਾਨਸਾਰ ਚਲੇ ਗਏ ਤੇਰੀ ਰਾਹ ਮੈਂ ਕਰਤੇ ਥੇ ਸਰ ਤਲਬ ਸਰੇ ਰਾਹ ਗੁਜ਼ਰ ਚਲੇ ਗਏ ਯੇ ਹਮ ਹੀ ਥੇ
जिनके लिबास पर सरे रा स्याही लिखी गई, यही दाग सजा सजा के हम सरे बज में यार चले गए। तो ए हां जी, एक तुसी किताब भी लिख रहे हो डॉक्टर सुखप्रीत सिंह उद्दोके ने कहा सी बारा के ओदे बारे जरूर जानना पायो। दैट्स जस्ट माय जर्नी। हां जी, तो ओ हजे ता उनु टाइम लगूगा ते आपा फिर करांगे गल, पर थैंक यू फॉर बीइंग देयर। बहुत-बहुत धन्यवाद। चीज का जवाब जरूर दो। कहंदे हुंदे आ कि हर एक रंज में राहत है आदमी के लिए, प्यामे मौत भी मुजदा है जिंदगी के लिए। हर एक रंज विच कोई ना कोई चीज छुपी हुंदी है। तुसी जेल च रह के आए हो, गवाया है कि खट्टिया भी हैगा बहुत? नहीं नहीं, बड़ा कुछ खट्टिया जी, कदे कदे कोई भी नहीं गवांदा है ना, पर ओदी रजा च रहना पैंदा ते ओदे शुक्राने च रहना पैंदा। एंड ह्यूमिलिटी जिहड़ी थोड़े अंदर है ना, एक तां ह्यूमैनिटी कंपैशन एक दूजे दे दर्द नूं समझण दी गल, ते कदे कोई नहीं गवांदा। टाइम बड़ा कुछ सिखाउंदा और जेलां भी सिखाउंदियां। सो दैट्स हाउ आई हैव बीन। पढ़न दा बहुत मौका मिलिया। पढ़ने का काफी मौका मिले। सिद्धू साहब, जिस तरीके से किसानी आंदोलन दिल्ली के बॉर्डर पर चल रहा है, हाँ आप लोग जाओगे वहाँ पर? देखिए, लड़ाई ही हम अपने किसानी आंदोलन की लड़ रहे हैं, है ना, और हमारी होंद की लड़ाई है। सो मैं तो उनका एक सोल्जर हूँ, बहुत महीनों से लगे हुए हैं और पीसफुली बिल्कुल जाएंगे। हाँ जी, सवाल मेरा इसलिए है कि आपका जब सुनवाई हो रही थी तो आपकी तरफ से कोर्ट में रखा गया है कि दीप सिद्धू जो है वो किसान नेता नहीं है। नहीं, देखिए, किसान नेता नहीं है, पर उनका एक किसान सेवादार या सोल्जर है, है ना। और जब सुप्रीम कोर्ट हमें ये बोल रहा है भी पीसफुल प्रोटेस्ट करना आपका हक है, तो पीसफुल प्रोटेस्ट ही हम कर रहे हैं। 6 महीनों से पीसफुली प्रोटेस्ट कर रहे हैं। बाकी बाद में फिर आपसे डिटेल में बात करेंगे। पंजाब जाओगे दरबार साहब जावांगे। भाई, किसानां लई स्नेहा तां इह आ, साडा सब कुछ ही उत्थों चलदा। तुसीं देखो, पिंडां च तां असीं वसदे हां ना, पिंडां च ही पंजाब वसदा। जे असी हुण अज किसानां लई स्नेहा कहीए, उहनां नूं की स्नेहा दईए यार, उत्थों ही तां निकले आ, उत्थों ही तां साडी माड़ी मोटी होंद आ, उसे नूं बचाउण लई असी फिरदे।